आ रहा हूँ बेटा। असि अपना मास्क भूल गए सी, तो मैं मास्क लैन लई वापस आई हाँ। तो मास्क ले लिया, मास्क ले लिया। हनी हनी भी रेडी है, क्या ठंडा बेटा? हेलो ऑल, गुड इवनिंग ऑल ऑफ यू, होप यू ऑल आर फाइन। ते आज असी जा रहे हैं किते घूमन दे लई, और अचानक ही बैठे बैठे असी डिसाइड कर रहे हैं कि आपां किते घूम के आंदे हैं, और देखते हैं असी किते लैके जाने हैं। थानू तुसी साडे नाल बने रहियो इसी तरह ही, और आपां थानू नाल ही दिखावांगे असी किते किते जा रहे हैं। मम्मा भी मेरे नाल ने। मम्मा हैलो करो। दक्षिता है, से हाय एवरीवन। डोंट डू लाइक दिस, से हाय एवरीवन। How are you? So we are going. Yes, we are going. ਤੇ ਚਲੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਤੇ ਅਸੀਂ ਨਾਲ ਦਿਖਾਵਾਂਗੇ ਅਸੀਂ ਕਿੱਥੇ ਜਾ ਰਹੇ ਹਾਂ। ਨਾਲ ਗੂਗਲ ਮੈਪ ਓਕੇ ਕਰਿਆ ਹੋਇਆ, ਇਹ ਸਾਨੂੰ ਦਿਖਾ ਰਿਹਾ ਵੀ ਅਸੀਂ ਕਿੱਥੇ ਜਾ ਰਹੇ ਹਾਂ। ਬਹੁਤ ਸੌਖੀ ਹੋ ਗਈ ਹੈ ਲਾਈਫ ਇਹਨਾਂ ਦੇ ਨਾਲ, ਸਾਨੂੰ ਪਤਾ ਲੱਗ ਜਾਂਦਾ ਆਪਾਂ ਕਿੱਧਰ ਜਾ ਰਹੇ ਹਾਂ। ਘੁੰਮਣ ਜਾ ਰਹੇ ਹਾਂ, ਦੇਖੋ। मम्मी तुसी पापा ने निकलो, मैं आनी लगी। लो भी आपा फाइनली पहुंच चुके हैं बाबा मुराद शाह जी दे, है ना दक्षिता? इधर रुको। लो जी असि पहुंच गए नकोदर श्री लाडी साई जी दे दरबार, बहुत घूम फिर के ते आपा हुन दर्शन करांगे अंदर। आओ चलिए अंदर। लो जी दरबार होने वाला बंद, क्योंकि अनाउंसमेंट हो रही है। मैं ते पापा चलते हैं अगे अगे, मम्मी नूं थोड़ा टाइम लग जाएगा, और हनी मम्मा नाल आ जाएंगे, ते गुड्डू भी उन्होंने नाल होगी। असीं कोशिश करते हैं अगे जाके मत्था टेकन दी। असीं चले अंदर बाबा लाडी शाह जी ते मुराद शाह जी दे दर्शन करन, तां मिलदे हां तुहानूं आके। ਅੰਦਰ ਆ ਚੁੱਕੇ ਹਾਂ ਮੇਨ ਗੇਟ ਤੋਂ, ਅਤੇ ਸਾਰਾ ਅੰਦਰ ਦਾ ਨਜ਼ਾਰਾ ਹੈ। ਸ਼ਿਵਾਨੀ ਪਾਪਾ ਨਾਲ ਅੰਦਰ ਲੰਘ ਗਈ ਹੈ ਪਹਿਲਾਂ ਹੀ, ਅਤੇ ਮੈਂ ਮੰਮੀ ਨੂੰ ਲੈ ਕੇ ਅਤੇ ਗੁੱਡੂ ਨੂੰ ਲੈ ਕੇ ਹੌਲੀ ਹੌਲੀ ਆ ਰਿਹਾ, ਅਤੇ ਉਹ ਆਪਣੇ ਕੈਮਰੇ ਨਾਲ ਸ਼ੂਟ ਕਰ ਰਹੀ ਹੈ, ਅਤੇ ਮੈਂ ਆਪਣੇ ਕੈਮਰੇ ਨਾਲ ਸ਼ੂਟ ਕਰਕੇ ਤੁਹਾਨੂੰ ਦਿਖਾ ਰਿਹਾ ਬਾਹਰ ਤੋਂ ਕਿ ਕਿੱਡਾ ਬੜਾ ਗਰਾਊਂਡ ਬਣਿਆ ਹੋਇਆ ਅਤੇ ਕਿੰਨਾ ਸੋਹਣਾ ਪੱਥਰ ਲੱਗਿਆ ਹੋਇਆ, ਅਤੇ ਚਾਰੋਂ ਪਾਸੇ ਦੇਖ ਕੇ ਬਹੁਤ ਹੀ ਸੋਹਣਾ ਲੱਗ ਰਿਹਾ ਅੰਦਰੋਂ ਦਰਬਾਰ। ਅਤੇ ਪਾਪਾ ਖੜ੍ਹੇ ਨੇ ਅਤੇ ਇਹ ਦਰਸ਼ਨ ਕਰਕੇ ਆ ਗਏ ਨੇ, ਅਤੇ ਚਾਰੋਂ ਪਾਸੇ ਬਹੁਤ ਹੀ ਸੋਹਣਾ ਦਰਬਾਰ ਹੈ। ਇਹ ਮੇਨ ਐਂਟਰੈਂਸ ਹੈ ਦਰਬਾਰ ਦੀ, ਅਤੇ ਇੱਥੋਂ ਸਾਰੇ ਲੋਕ ਅੰਦਰ ਜਾਂਦੇ ਨੇ ਅਤੇ ਦਰਸ਼ਨ ਕਰਦੇ ਨੇ। ਬਹੁਤ ਹੀ ਸੋਹਣਾ ਬਣਾਇਆ ਹੋਇਆ, ਲੋਕ ਜੋ ਅੰਦਰੋਂ ਦਰਸ਼ਨ ਕਰਕੇ ਆ ਗਏ ਨੇ ਉਹ ਦਰਬਾਰ ਦੇ ਅੱਗੇ ਹੋ ਕੇ ਆਪਣੀ ਪਿਕਚਰਸ ਵਗੈਰਾ ਲੈ ਰਹੇ ਨੇ, ਅਤੇ ਬਾਬਾ ਲਾਡੀ ਸ਼ਾਹ ਜੀ ਅਤੇ ਮੁਰਾਦ ਸ਼ਾਹ ਜੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ, ਜਿਨ੍ਹਾਂ ਨੂੰ ਦੇਖ ਕੇ ਮਨ ਨੂੰ ਬਹੁਤ ਹੀ ਸ਼ਾਂਤੀ ਮਿਲਦੀ ਹੈ। ਅਸੀਂ ਕਈ ਕਈ ਲੋਕਾਂ ਦੀਆਂ ਪਿਕਚਰਸ ਖਰਾਬ ਕਰ ਰਹੇ ਹਾਂ ਵਿੱਚ ਆ ਕੇ, ਉਹ ਸਾਨੂੰ ਨੂੰ ਬੜੀ ਗੌਰ ਨਾਲ ਦੇਖਦੇ ਨੇ। ਇਹਨਾਂ ਦੇ ਚਿਹਰੇ 'ਤੇ ਹੀ ਇੰਨਾ ਨੂਰ ਹੈ, ਦੇਖਣ ਨਾਲ ਬਹੁਤ ਹੀ ਸ਼ਾਂਤੀ ਮਿਲਦੀ ਹੈ। ਅਤੇ ਕਿੰਨਾ ਸੋਹਣਾ ਬਣਾਇਆ ਹੋਇਆ, ਕਿੰਨੀ ਸੋਹਣੀ ਨਕਾਸ਼ੀ ਕੀਤੀ ਹੋਈ ਹੈ। ਇਹ ਮੇਨ ਦਰਬਾਰ ਦੀ ਐਂਟਰੈਂਸ ਹੈ, ਅਤੇ ਇੱਥੋਂ ਅੰਦਰ ਜਾ ਕੇ ਆਪਾਂ ਮੱਥਾ ਟੇਕਦੇ ਹਾਂ, ਅਤੇ ਅੰਦਰੋਂ ਜਾ ਕੇ ਦਰਬਾਰ ਨੂੰ ਹੁੰਦੇ ਹੋਏ ਅਤੇ ਇਸ ਸਾਈਡ ਤੋਂ ਵਾਪਸ ਆ ਜਾਂਦੇ ਹਾਂ। ਚੱਲ ਚੱਲ
ਅੰਦਰ ਗਏ ਹੁਣ ਗੁੱਡੂ ਇੱਕ ਹੱਥ ਚ ਮੈਂ ਤਾਂ ਹੀ ਤਾਂ ਕਿਸੇ ਗੁੱਡੂ ਮੈਨੂੰ ਫੜਾ ਦੋ ਮੰਮੀ ਨੂੰ ਹੀ ਲਿਆਓ ਇਹ ਅਸੀਂ ਆਏ ਹਾਂ ਨਕੋਦਰ ਬਾਬਾ ਜੀ ਦੇ ਤੇ ਅਸੀਂ ਮੱਥਾ ਟੇਕ ਚੁੱਕੇ ਹਾਂ ਹਨੀ ਤੇ ਮੰਮੀ ਹੁਣੀ ਅੰਦਰ ਗਏ ਹੈ ਤੇ ਮੰਮੀ ਹੌਲੀ ਹੌਲੀ ਚੱਲਦੇ ਜਿਹਦੇ ਕਰਕੇ ਉਹਨਾਂ ਨੂੰ ਟਾਈਮ ਲੱਗੂਗਾ ਇਹ ਕਿੰਨਾ ਸੋਹਣਾ ਬਾਬਾ ਜੀ ਦਾ ਦਰਬਾਰ ਬਣਿਆ ਹੋਇਆ ਅੰਦਰ ਫੋਟੋਗ੍ਰਾਫੀ ਕਰਨੀ ਮਨ ਹੈ ਤਾਂ ਅਸੀਂ ਅੰਦਰੋਂ ਨਹੀਂ ਦਿਖਾ ਸਕਦੇ ਬਟ ਬਾਹਰੋਂ ਹੀ ਦਿਖਾ ਰਹੇ ਹਾਂ ਬਹੁਤ ਔਖੇ ਤੁਰਦੇ ਇਸ ਕਰਕੇ ਟਾਈਮ ਲੱਗ ਗਿਆ ਇਹਨਾਂ ਨੂੰ ਇਹ ਬਾਬਾ ਜੀ ਦੀਆਂ ਗੱਡੀਆਂ ਖੜੀਆਂ ਹੋਈਆਂ ਇਹ ਦੇਖੋ ਪਾਪਾ ਦਰਸ਼ਨ ਕਰ ਲਏ ਨੇ ਜੀ ਬਹੁਤ ਵਧੀਆ ਅੱਜ ਰਸ਼ ਵੀ ਨਹੀਂ ਸੀ ਇੰਨਾ ਪਰ ਬੰਦ ਹੋਣ ਵਾਲਾ ਸੀ ਪਰ ਸਾਨੂੰ ਐਂਟਰੀ ਮਿਲ ਗਈ ਤੇ ਬਹੁਤ ਘੁੰਮ ਫਿਰ ਕੇ ਆਖਰ ਪਹੁੰਚ ਹੀ ਗਏ ਸੀ ਔਰ ਮੰਮੀ ਨੂੰ ਵੀ ਸਭ ਤੋਂ ਵੱਡੀ ਗੱਲ ਮੰਮੀ ਨੇ ਵੀ ਦਰਸ਼ਨ ਕਰ ਲਏ ਪਾਪਾ ਨੇ ਵੀ ਕਰ ਲਏ ਸਾਰੇ ਦਰਸ਼ਨ ਕਰ ਰਹੇ ਨੇ ਬਹੁਤ ਔਖੇ ਤੁਰਦੇ ਆ ਕਰੇ ਅੱਛਾ ਉਹ ਪਸਰੇ ਦਿਖਾ ਤਾ ਡੋਰ ਬੰਦ ਹੋ ਚੁੱਕੇ ਆ ਮੰਮੀ ਹੌਲੀ ਚੱਲਣ ਦੀ ਵਜ੍ਹਾ ਨਾਲ ਅਸੀਂ ਹੌਲੀ ਹੌਲੀ ਆ ਰਹੇ ਹਾਂ ਬਾਬਾ ਜੀ ਦੀ ਕਿਰਪਾ ਨਾਲ ਅੱਜ ਸਾਡਾ ਨਕੋਦਰ ਜਾਣ ਦਾ ਪ੍ਰੋਗਰਾਮ ਬਣਿਆ ਮੈਂ ਕਈ ਦਿਨਾਂ ਤੋਂ ਕਹਿ ਰਿਹਾ ਸੀ ਕਿ ਨਕੋਦਰ ਜਾਵਾਂਗੇ ਪਰ ਬਣ ਨਹੀਂ ਰਿਹਾ ਸੀ ਪ੍ਰੋਗਰਾਮ ਅੱਜ ਸ਼ਾਮੀ ਅਸੀਂ ਚਲੇ ਫਿਰ ਵੀ ਅਸੀਂ ਘੁੰਮ ਗਏ ਰਸਤਿਆਂ 'ਚ ਪਰ ਫਿਰ ਵੀ ਘੁੰਮਦੇ ਘੁੰਮਦੇ ਪਹੁੰਚ ਗਏ ਸਭ ਬਾਬਾ ਜੀ ਦੀ ਕਿਰਪਾ 'ਤੇ ਅਸੀਂ ਦਰਸ਼ਨ ਕਰਨੇ ਹਾਂ ਅਤੇ ਹੁਣ ਬਾਹਰ ਜਾ ਰਹੇ ਹਾਂ 8 ਵਜੇ ਦਰਗਾਹ ਬੰਦ ਹੋ ਜਾਂਦੀ ਹੈ ਅਤੇ ਸਾਰੇ ਲੋਕ ਬਾਹਰ ਜਾ ਚੁੱਕੇ ਹਾਂ ਅਸੀਂ ਵੀ ਬਾਹਰ ਜਾ ਰਹੇ ਹਾਂ ਲਓ ਜੀ ਅਸੀਂ ਆ ਗਏ ਹਾਂ ਬਾਹਰ ਇਹ ਕੁਛ ਸੰਗਤਾਂ ਜਿਹੜੀਆਂ ਖੜੀਆਂ ਦਿੱਲੀ ਤੋਂ ਆਈਆਂ ਵਿਚਾਰੀਆਂ ਔਰ ਇਹ ਮਿੰਨਤਾਂ ਕਰ ਰਿਹਾ ਕਿ ਸਾਨੂੰ ਦਰਸ਼ਨ ਕਰਨ ਦਿਓ ਪਰ ਬਾਬਾ ਜੀ ਦਾ ਜਿਹੜਾ ਦਰਬਾਰ ਹੈ ਉਹ ਬੰਦ ਹੋ ਚੁੱਕਿਆ ਆ ਅਤੇ ਲੱਗਦਾ ਨਹੀਂ ਇਹਨਾਂ ਨੂੰ ਕਰਨ ਦੇ ਨਹੀਂ ਕਿਉਂਕਿ ਟਾਈਮ ਹੋ ਗਿਆ ਗੁੱਡ ਹਮਨੇ ਚੈੱਕ ਕਰ ਲਿਆ ਕਰਾ ਜੇ ਇਸਕੋ ਪ੍ਰਸ਼ਾਦ ਹੀ ਦੇ ਦਿਆ ਉਹਨਾਂ ਨੇ ਪੂਰਾ ਡੱਬਾ ਦੇ ਦਿਆ ਲਓ ਜੀ ਇਹ ਸੀ ਸਾਡਾ ਅੱਜ ਦਾ ਬਲੌਗ ਜੋ ਬਾਬਾ ਜੀ ਦੇ ਦਰਸ਼ਨਾਂ ਦੇ ਨਾਲ ਪੂਰਾ ਹੁੰਦਾ ਹੈ ਔਰ ਮਨ ਨੂੰ ਬਹੁਤ ਸਕੂਨ ਮਿਲਿਆ ਉਹਨਾਂ ਦੇ ਦਰਸ਼ਨ ਕਰਕੇ ਉਮੀਦ ਨਹੀਂ ਸੀ ਸਾਨੂੰ ਕਿ ਅਸੀਂ ਉਹਨਾਂ ਦੇ ਦਰਸ਼ਨ ਕਰ ਪਾਵਾਂਗੇ ਕਿਉਂਕਿ ਅਸੀਂ ਟਾਈਮ 'ਤੇ ਹੀ ਪਹੁੰਚੇ ਸੀ ਬਾਕੀ ਅਸੀਂ ਤੁਹਾਨੂੰ ਦਿਖਾਈ ਰਹੇ ਹਾਂ ਕਿ ਰਾਸਤੇ 'ਚ ਬਹੁਤ ਹਨੇਰਾ ਹੋ ਚੁੱਕਿਆ ਆ ਔਰ ਸਾਡਾ ਡਰਾਈਵਰ ਨਵਾਂ ਆ ਹਨੀ ਜੀ ਅਤੇ ਪੋਸੀਬਲ ਨਹੀਂ ਆ ਕਿ ਅਸੀਂ ਵਲੌਗ ਨੂੰ ਕੰਟੀਨਿਊ ਕਰੀਏ ਰਿਸਕ ਨਹੀਂ ਲੈਣਾ ਚਾਹੀਦਾ ਅਤੇ ਬਾਕੀ ਆਪਾਂ ਮਿਲਦੇ ਹਾਂ ਤੁਹਾਨੂੰ ਨਵੇਂ ਵਲੌਗ ਦੇ ਨਾਲ ਤਦ ਤੱਕ ਦੇ ਲਈ ਬਾਏ ਟੇਕ ਕੇਅਰ ਔਰ ਜੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦੇਣਾ ਬਾਏ